ਬਾਗ ਤਾਈ ਸੋਡਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਆਪਾਂ ਲੇਜ਼ਰ ਲੇਵਲ ਨੂੰ ਅੰਦਰ ਕੱਢਦੇ ਆ ਉੱਥੇ ਫਿਰ ਆਪਾਂ ਟਰਾਲੀ ਪਾਵਾਂਗੇ ਇਹਦੇ ਮਗਰ ਅਤੇ ਅੱਜ ਆਪਾਂ ਝੋਨਾ ਵੀ ਲਾਉਣਾ ਗਾ ਉਹਦਾ ਕਰਕੇ ਆਪਾਂ ਨੂੰ ਟਰੈਕਟਰ ਚਾਹੀਦਾ ਆਪਣਾ 850 ਟਰੈਕਟਰ ਤਾਂ ਕੱਦੂ ਕਰਨ ਗਿਆ ਹੁਣ ਖੇਤ ਚਲੋ ਆਪਾਂ ਕਰਾਹਾ ਕੱਢ ਦਈਏ ਹੁਣ ਚੜ੍ਹ ਗਏ ਸੀਗਾ ਇਸ ਆਪਾਂ ਟਰੈਕਟਰ 'ਤੇ ਚਲੋ ਕਰੀਏ ਟਰੈਕਟਰ ਨੂੰ ਸਟਾਰਟ कर लिया आप ट्रैक्टर स्टार्ट तो हम बैंक बूंक करके मैं कह रहा कराहा अंदर करना फिर मिलते हैं हम आप ट्रैक्टर अंदर कर लिया जी जी हम अपना जो तो कराहा जी डही लाई जाता राती डही करा बैंक हम आप कर दिए जी बैंक ट्रक भी जो तो पा दे किली ਗਜੋਤ ਕਿੱਲੀ ਅਤੇ ਫਿਰ ਆਪਾਂ ਇੱਧਰੋਂ ਹੁੱਕ ਤੋਂ ਕਿੱਲੀ ਕੱਢ ਦਾਂਗੇ ਫਿਰ ਆਪਾਂ ਪਾਉਣੇ ਇਹਦੇ ਮਾਰ ਟਰਾਲੀ ਫਿਰ ਆਪਾਂ ਪਾਈਨੇ ਬੰਦੇ ਪੱਕ ਆ ਕੇ ਵੱਟਣਗੇ ਫਿਰ ਆਪਾਂ ਝੋਨੇ ਵਾਲਾ ਬੰਦਾ ਲੱਗ ਚਲਾਏ ਖੇਤ ਕਰਾਹਾ ਤਾਂ ਆਪਾਂ ਕੱਢਤਾ ਸੀਗਾ ਜੀ ਅਤੇ ਹੁਣ ਚੱਲਦੇ ਹਾਂ ਆਪਾਂ ਟਰਾਲੀ ਵਾਲੀਏ ਹੁਣ ਪਾਉਣੇ ਆਪਾਂ ਟਰਾਲੀ ਆਪਾਂ ਟਰਾਲੀ ਪਾਉਣੇ ਆ ਹੁਣ ਆਪਾਂ ਟਰੈਕਟਰ ਬੈਂਗ ਲੈ ਕੇ ਜਾਂਦੇ ਇੱਥੋਂ ਬਾਦਲ ਆ ਗਿਆ ਆ ਗਿਆ ਹੁਣ ਆਪਾਂ ਟਰਾਲੀ ਕੋਲੇ ਪਹੁੰਚ ਗਏ ਟਰਾਲੀ ਵਾਲੀ ਕੱਢ ਲਓ ਜੋਤ ਕਿੱਲੀ ਚਲੋ ਇਹ ਟਰਾਲੀ ਪਾ ਕੇ ਮਿਲਦੇ ਹੁਣ ਲਿਫਟ ਲੁਫਟ ਚੱਕਣੀ ਵੀ ਉਹ ਘੱਟ ਲਿਫਟ ਚੱਕੀ ਹੈ ਨਹੀਂ ਟਰਾਲੀ ਤਾਂ ਆਪਾਂ ਪਾਲੀ ਸੀਗੀ ਹੁਣ ਜੋ ਤਾਂ ਡਹੀ ਲਾਈ ਜਾਂਦਾ ਫਲਾ ਲਾ ਮੜੀ ਫਿਰ ਬਾਜੂ ਕਿੱਲੀ ਅੰਦਰ ਗਾ ਮੜਾ ਤਾਂ ਚੱਕ ਲਾ ਹੋਰ ਬਸ ਉੱਧਰ ਟੂਲ ਨਾਲ ਲੱਗ ਗਈ ਜੀ ਉਹ ਕਿਹੜਾ ਆਪਣਾ ਟਰਾਲਾ ਇੱਧਰ ਹੀ ਆਇਆ ਇੱਧਰ ਤੇਰੇ ਪਿੱਛੇ ਡਿੱਕ ਲੱਗ ਜੂਗਾ ਦੇਖੋ ਪੁੱਠੇ ਪਾਸੇ ਦੀ ਇਹ ਚੜ੍ਹਦਾ ਗਾ चलो हूँ आप कढ़ा गए सामने करके ट्रैक्टर अपना हम आप चले सके खेत डैडी वर्गों स्परे भी फड़ा के आनी तो नड़े उन्हें रोटी फड़ा आने आप फिर इन्हें अपने बंदे आए ने फक पट्टन गए तो फिर आप लैके चलना खेत अजे झोना भी लाना कुछ को कल लाता सीगा टिड्डा हो जाता अज निक दवाई तो आप पाली सी तो हूँ आप चलते आप जीप बहर कड़ लीए जीप को आ गए सी आप हूँ आप स्परे सपरू धर लीए एक स्परे वाली ढोली लेके आनी खेत चलो वह भी धर लीए स्परे वाली ढोली इतने पई सी जीप के अगे वो पई है ढोली मैंने ढोली ढोली धरना ही फिर मिलते हैं हूँ कर लिए गाइस आप जीप स्टार्ट जीप स्टार्ट कर ली सी जी हूँ आप कट लिए बाहर इनू जीप न फिर रोटी धरते मिलते हम चल भाई जोत ने धर ली हूँ रोटी चलो हूँ आप चलते खेत आ खड़ा जी अपना प्रीत हूँ आप चल खेत रोटी लगे ला लिया आप दूजा गेयर देखो गाइस बदल बहुत वधिया बदल है चली जाने हम आप खेत हम थोनू खेत आ कि मिलेंगे असी राह च पई च खेत आते उ जाके ब्लॉग शूट करा ठीक है जी गाइस हम पहुँच गए आप अपने पिंड की फरनी तो देखो मीह का पानी देखो किन्ना खड़ा कहते ढिलो दे पिंड की फिरनी है ये ढिलो दे पिंड की
ਦੂਰਾ ਦੇਖੋ ਗਾਇਸ ਕਿੰਨਾ ਸੋਹਣਾ ਫਿਰਦਾ ਜਰਮਨ ਆ। ਉਹ ਬਾਜੀ ਆਪਾਂ ਨੂੰ ਦੇਖ ਕੇ 6 ਤੱਕ ਵਲੌਗ ਬਣਾਵਾਂਗੇ ਜੀ ਅੱਜ ਗਾਇਸ। ਆ ਜੀ ਆਪਾਂ ਹੁਣ ਟਾਪ ਗੇਅਰ ਕਹਿੰਦੇ ਹੁਣ ਆ ਗਏ ਜੀ ਆਪਣੇ ਖੇਤ ਵਾਲੀ ਪਹੀ ਕਹਿੰਦੇ ਕਿੱਥੇ ਆ ਗਏ ਕਹਿੰਦੇ ਸਰਪੰਚਾਂ ਦੀ ਢਾਣੀ ਕੋਲੇ ਆ ਗਏ ਖੇਤ ਨੂੰ ਜਾਈ ਜਾਂਦੇ ਆ ਮੁੰਡੇ ਕਹਿੰਦੇ ਖੇਤ ਨੂੰ ਤਾਂ ਵੀ ਜੋਤ ਕਿੱਧਰੇ ਆਏ ਨਾ ਆਪਾਂ ਖੁਸ਼ ਹਾਂ ਪੂਰਾ ਖੇਤ ਜਾਣ 'ਤੇ ਜਾਂ ਪੂਰੀ ਗੱਲਬਾਤ ਐਂਡ ਹੋਈ ਵੀ ਆ ਠੀਕ ਆ। ਸੋਲਰ ਵਾਲੀ ਮੋਟਰ ਚੱਲੀ ਜਾਂਦੀ ਹੈ ਕਹਿੰਦੇ ਸੋਲਰ ਵਾਲੀ ਅੱਗੇ ਦੂਜੀ ਮੋਟਰ ਵੀ ਚੱਲੀ ਜਾਂਦੀ ਗਾਈਸ। ਹੁਣ ਆਪਾਂ ਆਪਣੇ ਖੇਤ ਕੋਲ ਪਹੁੰਚਣ ਵਾਲੇ ਹਾਂ ਜੀ ਹੋਗੜਾ ਆਪਣਾ 855 ਕੱਦੂ ਕਰਦਾ ਉਹ ਛੇਤੀ ਛੇਤੀ ਚੱਲੀ ਅੱਗੇ ਉਹ ਮੋਟਰ ਦੇ ਨੀਰਾ ਲੈ ਕੇ ਆਈ ਜਾਂਦਾ ਉਹ ਬਾਈ ਕਹਿੰਦਾ ਸਾਈਡ ਦੇ ਦਿਓ। ਫਾਈਨਲੀ ਗਾਈਸ ਆਪਾਂ ਆਪਣੇ ਖੇਤ ਕੋਲ ਆ ਗਏ ਸੀਗੇ ਜੀ ਆ ਖੜਾ ਆਪਣਾ 855 ਜੀ ਇੱਥੇ ਕਰਦੇ ਆ ਕੱਦੂ ਅੱਜ ਇਹ ਅਤੇ ਕੱਲ੍ਹ ਉਹ 1 ਗੈਰਾ ਲਾ ਗਏ ਜੀ ਕੱਲ੍ਹ ਮੀਂਹ ਨੇ ਬਹੁਤ ਤੰਗ ਕੀਤੇ ਇਹਦਾ ਕਰਕੇ ਕੱਲ੍ਹ ਉਹਨਾਂ ਨੇ 1 ਗੈਰਾ ਹੀ ਲਾਇਆ ਕੁਛ ਆਪਾਂ ਥੋੜ੍ਹੀ ਹੀ ਰਹਿ ਗਈ ਸੀ ਹੁਣ ਗਾਈਸ ਆਪਾਂ ਪਹੁੰਚ ਗਏ ਖੇਤ ਆਪਣੇ ਦਾ ਬਾਬਾ ਮਿੱਠੂ ਆਪਣਾ ਬਾਬਾ ਜੀ ਖਾਲ ਕੱਢੀ ਜਾਂਦੇ ਹੋ ਗਾਈਸ ਆਪਾਂ ਖੇਤ ਡੈਡੀ ਵਰਗਾ ਰੋਟੀ ਬਣਾ ਦਿੱਤੀ ਦੇਖੋ ਆਪਣਾ ਝੋਨਾ ਅੱਗੇ ਖੜਾ ਆਪਣਾ 855 ਦੇ ਨਾਲੇ ਬਾਬਾ ਮਿੱਠੂ ਨੂੰ ਆਪਾਂ ਕਹਿੰਦੇ ਵੀ ਰੋਟੀ ਜਾ ਕੇ ਖਾਲਾ ਕਹੀਏ ਬਾਬਾ ਮਿੱਠੂ ਨੂੰ ਉਹ ਖਾਲ ਤੋਂ ਕੱਖ ਜੇ ਵੱਟੀ ਜਾਂਦਾ ਚੰਗਾ ਕੱਲ੍ਹ ਆ 1 ਗੈਰਾ ਲੱਗ ਗਿਆ ਝੋਨੇ ਦਾ ਉਹ ਅੱਜ ਡੈਡੀ ਵਰਗੇ ਕਰੀ ਜਾਂਦੇ ਕੱਦੂ ਇਹ 'ਚ ਫਿਰ ਆਪਾਂ ਆਪਣੇ ਫੱਕ ਵੱਟ ਕੇ ਬੰਦੇ ਨੂੰ ਲੈ ਕੇ ਆਵਾਂਗੇ ਜੀ ਦੇਖੋ ਆਪਣਾ ਖੜਾ 55 ਕਹਿੰਦੇ ਯਾਰ ਕੀ ਕੱਦੂ ਜੀ ਰੱਖਿਆ ਇਹ ਹੁਣ ਮਾਰ ਦਈਏ ਆਪਾਂ ਹਾਰਨੇ ਹੀ ਅੱਗੇ ਖੜਾ ਮੋਟਰਸਾਈਕਲ ਚੱਲ ਉਹਨੇ ਪਾਸੀ ਕਰ ਲਿਆ ਬਾਈ ਨੇ ਦੂਰਾ ਦੇਖੋ ਕਹਿੰਦੇ ਜਰਮਨ ਆ ਹੁਣ ਗਾਈਸ ਆਪਾਂ ਘਰ ਨੂੰ ਜਾਈ ਜਾਂਦੇ ਹਾਂ ਹੁਣ ਤੁਹਾਨੂੰ ਘਰ ਜਾ ਕੇ ਮਿਲਾਂਗੇ ਗਾਈਸ ਛੇਤੀ ਛੇਤੀ ਚੱਲ ਵੜੀ ਆਪਾਂ ਘਰੇ। ਫਾਈਨਲੀ ਗਾਈਸ ਆਪਾਂ ਘਰ ਆ ਗਏ ਜੀਪ ਅੰਦਰ ਲਾਤੀ ਸੀਗੀ ਅਤੇ ਹੁਣ ਆਪਾਂ ਖਾ ਲਈਏ ਰੋਟੀ ਅਤੇ ਫੱਕ ਵਾਲੇ ਬੰਦੇ ਆ ਗਏ ਅਤੇ ਫੱਕ ਵੱਟੀ ਜਾਂਦੇ ਆ ਅਤੇ ਫਿਰ ਆਪਾਂ ਫੱਕ ਲੱਦ ਕੇ ਅਤੇ ਚੱਲਾਂਗੇ ਖੇਤ ਚਿੜੀਆਂ ਗਾਈਸ ਹੁਣ ਚੱਲੇ ਸੀ ਅਸੀਂ ਝੋਨੇ ਵਾਲੇ ਬੰਦੇ ਲੈਣ ਖੇਤੋਂ ਕੱਲ੍ਹ ਫੱਕ ਬਚ ਗਈ ਸੀਗੀ ਜੀ ਉਹ ਫੱਕ ਨਾਲ ਝੋਨਾ ਲਾਈ ਜਾਂਦੇ ਕਿਰਾਂ ਅਤੇ ਹੁਣ ਨਾਲੇ ਅਸੀਂ ਚਾਹ ਲੈ ਗਏ ਉਹਨਾਂ ਦੀ ਅਤੇ ਨਾਲੇ ਅਸੀਂ ਆਉਂਦੇ ਬੰਦੇ ਚੜ੍ਹਾ ਲਵਾਂਗੇ ਹੁਣ ਚੱਲੇ ਆਪਾਂ ਖੇਤ ਦਿਖਾਉਣੇ ਤੁਹਾਨੂੰ ਅੱਗੇ ਅੱਗੇ ਪ੍ਰੀਤ ਕਹਿੰਦੇ ਇਹਨੂੰ ਪ੍ਰੀਤ ਹੁਣ ਆਪਾਂ ਖੇਤ ਵਾਲੀ ਪਈ ਪੈ ਗਏ ਜੀ ਅਤੇ ਸੜਕ ਤਾਂ ਪੁੱਤ ਰਹੇ ਉੱਥੇ ਮੈਂ ਵਲੌਗ ਨਹੀਂ ਸ਼ੂਟ ਕਰਿਆ ਫਿਰ ਆਪਾਂ ਗਾਣੇ ਗੂਣੇ ਸੁਣਨੇ ਹੁੰਦੇ ਆ ਉੱਥੇ ਆਪਾਂ ਗਾਣੇ ਲਾ ਲਏ ਜੇ ਆਪਾਂ ਊਂ ਲਾਉਣੇ ਗਾਣੇ ਸੁਣਾਉਣੇ ਯੂਟਿਊਬ ਵਾਲੇ ਕਾਪੀ ਰਾਈਟ ਦੇ ਦਿੰਦੇ ਆ ਇਸ ਕਰਕੇ ਆਪਾਂ ਵਲੌਗ ਹੁਣ ਪਈ 'ਚੋਂ ਸ਼ੂਟ ਕਰਨ ਲੱਗ ਗਏ ਹੁਣ ਮਿਲਦਾ ਜੀ ਆਪਾਂ ਖੇਤ ਜਾ ਕੇ ਗਾਈਸ ਹੁਣ ਆਪਾਂ 855 ਲੈ ਕੇ ਚੱਲੇ ਇੱਥੋਂ ਦੂਜੇ ਖੇਤ ਕੱਦੂ ਕਰਨਾ ਅਤੇ ਹੁਣ ਆਪਾਂ ਇਹਨੂੰ ਦੂਜੇ ਖੇਤ ਲੈ ਕੇ ਚੱਲਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਅੱਗੇ ਕਹਿੰਦੇ ਜੋ ਤਾਂ ਟਰੈਕਟਰ ਤੋਰਦਾ ਸੀ ਗਾਈਸ ਆਪਾਂ 855 ਲੈ ਕੇ ਹੁਣ ਆਪਾਂ ਆਪਣੀ ਪਿੰਡ ਦੀ ਫਰਨੀ 'ਤੇ ਆ ਗਏ ਸੀਗੇ ਦੇਖੋ ਕਹਿੰਦੇ ਸਾਡਾ ਜੋਤ ਕਰਦਾ ਡਰਾਈਵਰੀ ਹੁਣ ਕਿਵੇਂ ਆਉਂਦਾ ਨਹੀਂ ਯਾਰ ਪੂਰਾ ਟਰੈਕਟਰ 'ਤੇ ਹੋਏ ਪੂਰੀ ਫੀਲਿੰਗ ਆਉਂਦੀ ਹੈ ਚਲੋ ਗਾਈਸ ਹੁਣ ਆਪਣਾ ਘਰ ਵੀ ਨੇੜੇ ਆ ਗਿਆ ਅਤੇ ਆਪਾਂ ਦੋ ਸੁਹਾਗਾ ਕੱਢ ਕੇ ਅਤੇ ਫਿਰ ਆਪਾਂ ਚੱਲਦੇ ਹਾਂ ਗਾਈਸ ਦੂਜੇ ਖੇਤ ਕੱਦੂ ਕਰਨਾ ਚਾਚੇ ਦਾ ਫੋਨ ਆਇਆ ਸੀਗਾ ਵੀ ਟਰੈਕਟਰ ਇੱਥੇ ਲਓ ਆਪਾਂ ਕੱਦੂ ਕਰਨਾ ਕਿਆਰੇ ਉੱਥੇ ਭਰ ਗਏ ਗਾਈਸ ਅਤੇ ਹੁਣ ਆਪਾਂ ਚੱਲਦੇ ਹਾਂ ਘਰੋਂ ਉਹਦੀ ਚਾਹ ਵੀ ਲੈ ਕੇ ਚੱਲਦੇ ਹਾਂ ਫਿਰ ਮਿਲਦੇ ਰਾਹ 'ਚ ਗਾਈਸ ਅਸੀਂ ਸੁਹਾਗਾ ਘਰ ਕੱਢੇ ਸੀ ਅਤੇ ਹੁਣ ਅਸੀਂ ਇਕੱਲੇ ਹਾਲ ਲੈ ਕੇ ਚੱਲਦੇ ਹਾਂ ਅਤੇ ਦੂਜੇ ਖੇਤ ਕਰਦੇ ਹਾਂ ਕੱਦੂ ਅਤੇ ਤੁਹਾਨੂੰ ਦਿਖਾਉਂਦੇ ਅੱਗੇ ਅੱਗੇ ਨਾਲ ਨਾਲ
ਜਾਈ ਜਾਂਦੇ ਹਾਂ ਖੇਤ ਅਤੇ ਤੁਹਾਨੂੰ ਸੜਕ 'ਤੇ ਜਾ ਕੇ ਮਿਲਦੇ ਹਾਂ ਹੁਣ ਅਸੀਂ ਹੁਣ ਆਪਣੇ ਖੇਤ ਵਾਲੀ ਸੜਕ ਪੈ ਗਏ ਹੁਣ ਚੱਲਦੇ ਹਾਂ ਆਪਾਂ ਖੇਤ ਨੂੰ ਨਾਲੋ ਝੋਟਿਆ ਚਲੋ ਗਾਈਸ ਹੁਣ ਅਸੀਂ ਖੇਤ ਜਾ ਕੇ ਮਿਲਦੇ ਹਾਂ ਗਾਈਸ ਆਪਾਂ ਖੇਤੋਂ ਤਾਂ ਆ ਗਏ ਸੀਗੇ ਆਪਣਾ ਟਰੈਕਟਰ ਖੁੱਭ ਗਿਆ ਹੁਣ ਆਪਾਂ ਲੈਣੇ ਆ ਪਟਾ ਫਿਰ ਉੱਥੇ ਆਪਾਂ ਦੂਜੇ ਟਰੈਕਟਰ ਨਾਲ ਟੋਚਨ ਪਾ ਕੇ ਕੱਢਦੇ ਹਾਂ ਉਹਨੂੰ ਬਾਹਰ ਫਿਰ ਤੁਹਾਨੂੰ ਦਿਖਾਵਾਂਗੇ ਹੁਣ ਗਾਈਸ ਆਪਾਂ ਖੇਤ ਜਾਈਏ ਨਾ ਅਤੇ ਆਪਾਂ ਨੂੰ ਕਾਹਲੀ ਆ ਬਲੌਗ ਆਪਾਂ ਖੇਤ ਜਾ ਕੇ ਸ਼ੂਟ ਕਰਾਂਗੇ ਗਾਈਸ ਆਪਣਾ ਟਰੈਕਟਰ ਤਾਂ ਖੁੱਭ ਗਿਆ ਸੀ ਹੁਣ ਆਪਾਂ ਗਵਾਂਢੀਆਂ ਟਰੈਕਟਰ ਲੈ ਕੇ ਚੱਲਦੇ ਹਾਂ ਅਤੇ ਫਿਰ ਕੱਢਦੇ ਹਾਂ ਜਾ ਕੇ ਆਪਾਂ ਟਰੈਕਟਰ 'ਤੇ ਤੁਹਾਨੂੰ ਦਿਖਾਉਂਦੇ ਨਾਲ ਦੀ ਨਾਲ 55 ਹੀ ਆ ਕਹਿੰਦੇ ਨਾਲ ਕੱਢਦੇ ਗਾਇਸ ਆਪਾਂ ਟਰੈਕਟਰ ਤਾਂ ਕੱਢ ਲਿਆ ਸੀ ਹੁਣ ਜਿੱਥੇ ਟਰੈਕਟਰ ਖੁੱਭਾ ਸੀ ਆਪਾਂ ਛੱਡੀਆਂ ਕੱਢ ਦਈਏ ਕਿਤੇ ਫੇਰ ਨਾਲ ਟਰੈਕਟਰ ਉੱਥੇ ਖੁੱਭ ਜੇ ਚਲੋ ਛੱਡੀਆਂ ਕੱਢ ਦਈਏ ਆਪਾਂ ਲੱਗਿਆ ਪਿਆ ਗਾਇਸ ਆਪਣਾ 55 ਚਾਚਾ ਕਹਿੰਦੇ ਕੱਦੂ ਕਰੀ ਜਾਂਦਾ ਉਹ 55 ਨਾਲ ਆਪਾਂ ਬਾਹਰ ਕੱਢਿਆ ਸੀ ਇਹਨੂੰ ਕਰ ਦਈਏ ਕੱਦੂ ਫਾਈਨਲੀ ਗਾਈਸ ਅਸੀਂ ਆਹ 2 ਕੈਰਾਂ ਦਾ ਕੱਦੂ ਕਰਤਾ ਸੀ ਅਤੇ ਬਾਕੀ ਕੱਦੂ ਆਪਾਂ ਕੱਲ੍ਹ ਨੂੰ ਕਰਾਂਗੇ ਜਾਂ ਸ਼ਾਮ ਨੂੰ ਦੇਖਦੇ ਜਾਂ ਸ਼ਾਮ ਨੂੰ ਕਰ ਦਾਂਗੇ ਜੇ ਕੈਰੇ ਭਰ ਗਏ ਆਖੜਾ ਕਹਿੰਦੇ 55 ਇੱਕ ਕਹਿੰਦੇ 55 ਉਹ ਖੜਾ ਉਹ ਬਲੂ ਕਲਰ 'ਚ ਆ ਇਹ ਰੈੱਡ ਕਲਰ 'ਚ ਆ ਆ ਗਈ ਟਾਊਨਸ਼ਿਪ ਦੇਖੋ ਮਿੱਤਰੋ ਆਪਣਾ ਨਰਮਾ ਚਲੋ ਆਪਾਂ ਪਟਾਇਆ ਇਕੱਠਾ ਕਰ ਲਈਏ ਉਦੋਂ ਟਰੈਕਟਰ ਖੁੱਭ ਗਿਆ ਸੀ ਚਲੋ ਫਿਰ ਚੱਲਦੇ ਆਪਾਂ ਉਹ ਉੱਥੇ ਲੈ ਕੇ ਅਮਨੇ ਵਰਗਿਆਂ ਕੋਲ ਪਟਾ ਟਰੈਕਟਰ ਹੁਣ ਆਪਾਂ ਬਾਹਰ ਕੱਢ ਲਏ ਸੀਗੇ ਜੀ ਹੁਣ ਆਪਾਂ ਚੱਲਦੇ ਹਾਂ ਸੜਕ 'ਤੇ ਚੜਾ ਕੇ ਟਰੈਕਟਰ ਦੂਜੇ ਬਾਹਣ ਕੋਲ ਲੈ ਕੇ ਚੱਲਦੇ ਹਾਂ ਫਿਰ ਆਪਾਂ ਉਹਦਾ ਕੱਦੂ ਕਰਾਂਗੇ ਕਿਤੇ ਟਰੈਕਟਰ ਖੁੱਭਣਾ ਜਾਵੇ ਫਿਰ ਲੋੜ ਪੈ ਜੂਗੀ ਬਾਹਰ ਚੈੱਕ ਕਰੋ ਮੁੰਡੇ ਉਹਨਾਂ ਨੇ 55 ਪੜਾ ਦਾ ਮੁੰਡਾ ਨੇ ਕਹਿੰਦੇ ਸੜਕ 'ਤੇ ਹੁਣ ਚੱਲਦੇ ਗਾਈਸ ਅਸੀਂ ਘਰ ਚਾਹ ਲੈ ਕੇ ਆਉਣੇ ਨਾਲੇ ਰੋਟੀ ਚਾਹ ਵੀ ਜਾਓ ਹੱਕ ਬਣਦਾ ਚਲੋ ਹੁਣ ਚੱਲਦੇ ਅਸੀਂ ਘਰੇ ਆਪਾਂ ਜਾਈ ਜਾਂਦੇ ਹਾਂ ਘਰੇ ਚਾਹ ਲੈਣ ਨੂੰ ਅਤੇ ਅੱਗੇ ਜਾਂਦਾ ਅਮਨਾ ਦੇ ਕਹਿੰਦੇ ਜੋਤ ਹੱਥ ਜੇ ਮਾਰੀ ਜਾਂਦੇ ਹੋ ਵੱਡੇ ਡਾਕਟਰ ਵਹਿਮਾਂ ਦੇ ਇਹ ਬੈਗ 'ਤੇ ਲਿਖਾਈ ਫਿਰਦਾ ਜੀ ਇਹ ਡਾਕਟਰ ਵਹਿਮਾਂ ਦੇ ਡਾਕਟਰ ਵਹਿਮਾਂ ਦਾ ਚਲੋ ਗਾਈਸ ਹੁਣ ਘਰੇ ਆ ਕੇ ਮਿਲਦੇ ਹਾਂ ਟਰੈਕਟਰ ਫਸ ਗਿਆ ਜੀ ਕੱਦੂ 'ਚ ਹੁਣ ਕੱਢ ਕੇ ਆਏ ਹਾਂ